ਸਾਡੇ ਤੇਹੀ ਮੁੱਦਾ ਜੀ ਅਸੀਂ ਦਿੱਲੀ ਜਾ ਰਹੇ ਸੀ ਜੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਖੱਟਰ ਸਰਕਾਰ ਨੇ ਸਾਨੂੰ ਰੋਕਿਆ ਜੀ ਸਾਡੇ ਇੱਕ ਕਿਸਾਨ ਸੀਧ ਕਰ ਦਿੱਤਾ ਸਾਡੇ ਕਈ ਕਿਸਾਨਾਂ ਦੀ ਅੱਖਾਂ ਚਲੇ ਗਈਆਂ ਬਹੁਤ ਸਾਡੇ ਬਰਤਿਆਚਾਰ ਕੀਤੇ ਗਏ ਜਿਹੜਾ ਵੀ ਉਪਦਰਬ ਕਰਿਆ ਇਨਕੇ ਬੰਦਿਆਂ ਨੇ ਆਪ ਵਿੱਚ ਵੜ ਕੇ ਕਰਿਆ ਪਰ ਨਿਪਰਤਾ ਜੀ ਆਏ ਆ ਵੀ ਜੇ ਮੰਗਾ ਮੋਦੀ ਸਾਹਿਬ ਮੰਨ ਲੂਗੇ ਤਾਂ ਠੀਕ ਹੈ ਨਹੀਂ ਤਾਂ ਫੇਰ ਬੈਠੇ ਤਾਂ ਬੈਠੇ ਅਰਥਪ੍ਰਕਾਸ਼ ਦੇਖਣ ਵਾਲੇ तमाम ਭਾਈਓ ਬੈਨੋ ਡਾਕਟਰ ਸ਼ਾਸਤ੍ਰਿਕ ਸ਼ਰਮਾ ਦਾ ਨਮਸਕਾਰ ਪਿਆਰੇ ਭਾਈਓ ਬੈਨੋ ਜਿ세 ਹੀ ਆਪਕੋ ਪਤਾ ਹੈ ਕਿ चुनाव का दूसरा चरण भी खत्म हो चुका है और दूसरी तरफ भारत के अंदर किसान आंदोलन भी उसी चरम सीमा सीमा पर है और आज हम पंचकुला के स्केतड़ी गांव में यहां पर खड़े हैं और लोकसभा क्षेत्र है अम्बाला और जब हम यहां से गुजरे थे हमने यहां पर खेत देखे हमारे और जैसे कहा जाता है कि मेरा गांव मेरा देश भारत गांव में बसता है भारत की आत्मा किसान है और हमारे बीच में आज किसान भाई साहब भाई खड़े हैं आइए से बात करते हैं न्मश्कार जी, जी। है? सुरजीत है करते हो कर तो आपके लिए हमने ये दिया है चुनावी चौपाल तो आप हमें ये बताइए की जो इलेक्शन है पहले हम बात करेंगे क्योंकि हम खेतों में खड़े हैं किसान की बात करेंगे आप ये बताइए कि जो किसान आंदोलन चल रहा है ਉਸਕੇ ਬਾਰੇ ਵਿੱਚ ਵਿਸਤ੍ਰਿਤ ਤੌਰ ਪਰ ਹਮਾਰੇ ਦਰਸ਼ਕੋ ਕੋ ਬਤਾਈਏ ਇਹ ਕਿਸਾਨ ਅੰਦੋਲਨ ਜੋ ਚੱਲ ਰਿਹਾ ਜੀ ਇਹ ਇੱਕ ਤਾਂ ਬੋਟਾ ਨੇੜੇ ਆ ਗਿਆ ਜੀ ਠੀਕ ਹੈ ਜੀ ਔਰ ਇਹ ਕਿਸਾਨੀ ਮੁੱਦਾ ਜਿਹੜਾ ਉੱਠਿਆ ਜੀ ਬਹੁਤ ਟਾਈਮ ਸਿਰ ਉੱਠਿਆ ਜੀ ਆ ਇਹ ਸਾਡੇ ਜਿਹੜਾ ਪੰਜਾਬ ਹੈ ਜੀ ਹਰਿਆਣੇ ਚ ਰੁਕਿਆ ਗਿਆ ਇਹ ਕਿਉਂ ਰੁਕਿਆ ਗਿਆ ਤੇ ਸਾਡੇ ਕੋਆਇਨਟ ਜੋ ਮੋਦੀ ਸਾਹਿਬ ਕੀ ਪਹਿਲਾ ਕਮਿਟਮੈਂਟ ਸੀ ਜੀ ਅਸੀਂ ਉਹੀ ਮਨਵਾਣਾ ਚੱਲੇ ਸੀ ਜੀ ਸਾਡਾ ਇੱਕ ਸ਼ੁਭਕਰਨ ਜੀ ਸ਼ਹੀਦ ਕਰਦਾ ਜੀ ਇਹਨਾਂ ਗੋਲੀਆਂ ਮਾਰ ਕੇ ਸਾਡੇ ਤੇ ਸਿੱਧੀ ਗੋਲੀਆਂ ਮਾਰੀ ਗਈਆਂ ਜੀ ਪਿੱਛੇ ਤੋਂ ਠੀਕ ਹੈ ਜੀ ਔਰ ਆਪਣਾ ਸਾਡਾ ਤਾਂ ਇਹੀ ਮੁੱਦਾ ਜੀ ਅਸੀਂ ਦਿੱਲੀ ਜਾ ਰਹੇ ਤੇ ਜੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਖੱਟਰ ਸਰਕਾਰ ਨੇ ਸਾਨੂੰ ਰੋਕਿਆ ਜੀ ਠੀਕ ਹੈ ਜੀ ਕਿਉਂ ਰੋਕਿਆ ਗਿਆ ਇਹ ਦੱਸੇ ਜੀ ਸਾਨੂੰ ਇਹ ਹੈ ਸਾਡਾ ਚਨਾਬੀ ਮੁੱਦਾ ਜੀ ਨਹੀਂ ਨਹੀਂ ਜੋ ਦੂਸਰੀ ਬਾਤ ਇਹ ਕਹਤੇ تھے ਤਾਂ ਆਪਕੋ ਜੋ ਐਸੇ ਕੌਣ ਕੌਣ ਸੀ ਮੇਨ ਮੰਗੇ ਥੀ ਆਪਕੀ ہماری ਮੇਨ ਮੰਗੇ ਤਾਂ ਉਹ ਜੋ ਪਹਿਲਾਂ ਮੋਦੀ ਸਾਹਿਬ ਨੇ ਸਾਨੂੰ ਦਿੱਲੀ ਤੋਂ ਠਾਲਿਆ ਤਾਂ ਜੀ ਠੀਕ ਹੈ ਜੀ ਉਸਪੇ ਕਮਿਟਮੈਂਟ ਕਰੀ ਵੀ ਅਸੀਂ ਸਾਰੇ ਵਾਦੇ ਪੂਰੇ ਕਰੂੰਗੇ ਮੋਦੀ ਸਾਹਿਬ ਉਹਨਾਂ ਵਾਦੇ ਪੂਰਾ ਨਹੀਂ ਉਤਰਿਆ ਜੀ ਠੀਕ ਹੈ ਜੀ ਅਸੀਂ ਤਾਂ ਦੁਬਾਰੇ ਮੁੱਦਾ ਠਾਇਆ ਜੀ ਆਪਣਾ ਅਗਰ ਬੁਲਾਉਣੇ ਕੇ ਲਈ ਤਿਆਰ ਹੈ ਜੀ ਫਿਰ ਮੋਦੀ ਸਾਹਿਬ ਨੇ ਹਮਨੂੰ ਹਰਿਆਣੇ ਮੇ ਕਿਉਂ ਰਕਵਾ ਦਿਆ ਗਿਆ ਜੀ ਕੱਟੜ ਸਰਕਾਰ ਨੂੰ ਕਹਿ ਕੇ ਜੀ ਸਾਨੂੰ ਕਿਉਂ ਸਾਡੇ ਤੇ ਕਿਉਂ ਗੋਲੀਆਂ ਚਲਾਇਆਂ ਗਈਆਂ ਸਾਡਾ ਇੱਕ ਕਿਸਾਨ ਸੀਤ ਕਰ ਦਿੱਤਾ ਸਾਡੇ ਕਈ ਕਿਸਾਨਾਂ ਦੀ ਅੱਖਾਂ ਚਲੇ ਗਈਆਂ ਬਹੁਤ ਸਾਡੇ ਵਿਰਤਿਆਚਾਰ ਕੀਤੇ ਗਏ ਜੀ ਕਿਸਾਨੋਂ ਕੀ ਜੋ ਐਮਐਸਪੀ ਕੀ ਜੋ ਮੰਗ ਥੀ वो वो कौन कौन सी फसलों पर थी और किसानों को क्या दिक्कतें आ रही हैं जिसके कारण भारत के किसान आज सड़कों पर हैं जिनको खेतों में होना चाहिए फसल की कटाई का समय आ चुका है लेकिन वो आज भी धनों में बैठे हैं वो क्या है जी बताइए हमारे सारे किसान अंदोलन में डटे हुए हैं जी जो काम करने वाले खेतों में भी है जी साढ़े सारे, सारे पास काम चल रहे हैं जी सा उ थी भी सा मोदी साहब ने कमेंडमेंट करी सा पूरे क्यों नहीं कि वादे जी ठीक है जी ये जी अपना गारंटी कानून बनना चाहिए अच्छा जी, जी, आपका नाम क्या बताइए जी. जी, ना ना कि कितने नंबर दोगे पहले ये बताइए दस में से जीरो जीरो क्यों जीरो दोगे यानी जो जिस किसान ने पिछली बार सरकारें बनाई आज वो किसान ये कह रहा है कि जीरो नंबर ये दस से जीरो पे कैसे कैसा सफर हुआ किस तरह का सफर ਉਹ ਤਾਂ ਐ ਜੀ ਜੇ ਤਰ੍ਹਾਂ ਮੰਨ ਲਓ ਮੋਦੀ ਸਾਹਿਬ ਨੇ ਕਿਹਾ ਦਾ ਆਪੇ ਮੰਗੀਆਂ ਆਪਣੀਆਂ ਮੰਨਾ ਉਹਨਾਂ ਨੇ ਵੀ ਪਹਿਲਾਂ ਕਾਨੂੰਨ ਲਾਗੂ ਕਰੇ ਤਿੰਨ ਲਾਗੂ ਕਰਦੇ ਸਾਰੇ ਕਹਿਣ ਲੱਗੇ ਜੀ ਬਹੁਤ ਵਧੀਆ ਕਾਨੂੰਨ ਹੈ ਇਹ ਮੋਦੀ ਸਾਹਿਬ ਨੇ ਵਧੀਆ ਕਰਤਿਆ ਨੌ ਕੁ ਮਹੀਨੇ ਬਾਅਦ ਉਹੀ ਕਾਨੂੰਨ ਮੋਦੀ ਸਾਹਿਬ ਨੇ ਆਪਣੇ ਮੂੰਹ ਤੇ ਕੈਨਸਲ ਕਰੇ ਵੀ ਮੇਰੇ ਤੇ ਗਲਤੀ ਹੋ ਗਈ ਮਾਫੀ ਮੰਗੀ ਦੇਸ਼ ਤੇ ਹੁਣ ਬਾਅਦ ਮੈਂ ਫਿਰ ਕਿਸਾਨਾਂ ਗੱਲ ਜਦ ਗੱਲ ਹੋਈ ਹੈ ਉਹਨਾਂ ਕਿਹਾ ਵੀ ਐਮਐਸਪੀ ਵੀ ਲਾਗੂ ਕਰੂੰਗਾ ਮੈਂ ਤਾਰੇ ਕਰਜ਼ੇ ਹੀ ਮਾਫ ਕਰੂੰਗਾ ਮੈਂ ਤੁਹਾਨੂੰ ਸਭ ਕੁਝ ਦਊਂਗਾ ਹੁਣ ਜਦੋਂ ਕਿਸਾਨ ਮੰਗ ਰਹੇ ਆ ਹੁਣ ਦੇ ਨਹੀਂ ਰਹੇ ਨਹੀਂ ਮੋਦੀ ਸਾਹਿਬ ਇਹ ਕਹਤੇ ਕਿ ਕਿਸਾਨ ਦਿੱਲੀ ਆਏ ਸ਼ਾਂਤੀਪੂਰਵਕ ਤਰੀਕੇ ਸੇ ਆਏ ਤੋਂ ਉਸਕੇ ਬਾਰੇ ਬਤਾਈਏ ਜੋ ਸਰਕਾਰੋਂ ਨੇ ਜੋ ਬੈਰੀਗੇਟਸ ਲਗਾਏ ਹੈ ਉਸਕੇ ਬਾਰੇ ਬਤਾਈਏ ਸ਼ਾਂਤੀਪੂਰਨ ਆ ਰਹੇ ਤੇ ਜੀ ਅਮਰ ਆਪਣਾ ਅੰਮ੍ਰਿਤਸਰ ਤੇ ਲੈ ਕੇ ਸ਼ੰਭੂ ਬੈਰੀਅਲ ਤੱਕ ਸ਼ਾਂਤੀਪੂਰਨ ਦੇ ਫਿਰ ਫਿਰ ਇਤਨੇ ਵੇਲੇ ਜੋ ਉਹ ਲਗਾਏ ਹੈ ਸਕੋਟਿਸ ਹੋਈ ਜੋ ਇਹ ਉਸਕਾ ਮਤਲਬ ਕਿ ਉਹਨਕੋ ਲੱਗ ਰਹਾ ਥਾ ਕਿ ਕਿਸਾਨੀ ਕੇ ਰੂਪ ਮੇ ਕੋਈ ਹੋਰ ਤੱਤਵ ਵੀ ਵਿੱਚ ਮੇ ਜੁੜ ਚੁਕੇ ਹੈ ਤੱਤਵ ਤਾਂ ਇਹਨਾਂ ਨੇ ਆਪ ਜੋੜੇ ਹੈ ਜੀ ਕਿਸਾਨਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਜਿਹੜਾ ਵੀ ਉਪਦ੍ਰਵ ਕਰਿਆ ਇਨਕੇ ਬੰਦਿਆਂ ਨੇ ਆਪ ਵਿੱਚ ਵੜ ਕੇ ਕਰਿਆ ਕਿਸਾਨ ਤਾਂ ਕੁਝ ਵੀ ਨਹੀਂ ਕਰਦਾ ਆਪ ਵੀ ਵਹਾਂ ਪਰ ਥੇ ਗਏ ਥੇ ਤਾਂ ਵਹਾਂ ਕਾ ਕੁਛ ਆਪ ਹਮੇ ਬਤਾਓਗੇ ਦਰਸ਼ਕੋ ਕੋ ਕਿ ਵੋ ਕਹਾ ਕਾ ਕਿਆ ਦ੍ਰਿਸ਼ਯਾ ਥਾ ਉਸਮੇ ਸਰਕਾਰ ਕਾ ਕਿਆ ਰੋਲ ਥਾ ਕਿਸਾਨੋ ਕਾ ਕਿਆ ਰੋਲ ਥਾ ਵੋ ਅੰਦੋਲਨ ਕੇ ਬਾਰੇ ਮੇ ਬਤਾਣਾ ਆਪ ਜ਼ਰੂਰ ਹੁਣ ਉੱਥੇ ਦਾ ਐਂ ਤਾਂ ਜਿ ਜਿਤਨਾ ਹੁਣ ਆਪਾ ਖੜੇ ਆ ਮੰਨ ਲਓ ਐਂ ਖੜੇ ਆ ਕਿਸਾਨ ਅੱਗੇ ਬੈਰੀਕੇਡ ਲਗੇ ਹੋਏ ਆ ਬੈਰੀਕੇਡ ਤੇ ਦੋ ਹੀ ਸਾਈਡ ਖੜੀ ਐ ਸੀ ਆਰ ਪੀ ਵਾਲੇ ਉਹ ਗੋਲੇ ਗੇਰ ਰਿਹਾ ਕਿਸਾਨ ਤਾਂ ਫਿਰ ਦੌੜੂਗੇ ਜੀ ਕੋਈ ਇਧਰ ਦੌੜ ਰਹਾ ਕੋਈ ਉਧਰ ਦੌ ਹੁਣ ਆਪਣੇ ਵਿੱਚੇ ਇੱਕ ਗੋਲਾगिर ਗਿਆ ਔਰ ਗੋਲੇ ਵੀ ਉਹ ਐਕਸਪਾਇਰੀ ਦੇ ਅੱਛਾ ਜੀ ਹੁਣ ਇੱਕ ਤਾਂ ਗੋਲਾ ਗਿਰਿਆ ਉਹ ਤਾਂ ਕਹਿ ਰਹੇ ਥੇ ਕਿ ਰਬੜ ਦੀ ਗੋਲੀਆਂ ਹੈ ਗੋਲੀਆਂ ਵੀ ਹੈਂਦੀਆਂ ਜੀ ਆਪਣੀ ਪੱਕੀ ਗੋਲੀਆਂ ਵੀ ਹੈਂਦੀਆਂ ਅੱਛਾ ਹਾਂ ਪੱਕੀ ਗੋਲੀਆਂ ਸ਼ੁਭਕਰਨ ਦਾ ਇੱਕ ਆਪਣਾ ਕਿਸਾਨ ਤਾਂ ਜੀ ਉਹ ਕੋਈ ਸ਼ਰਮਾ ਮਾਰੀ ਹੈ ਗੋਲੀ ਵਿਚਾਰੇਗੇ ਮਾਰਦੇ ਆਹੋ ਕੱਲਾ ਹੀ ਮੁੰਡਾ ਦਾ ਹੁਣ ਜਿਹੜੇ ਗੋਲੇ ਐਕਸਪਾਇਰੀ ਹੋਏ ਹੋਵੇ ਦੇ ਉਹਨਾਂ ਦੇ ਵਿੱਚ ਦੇ ਜਿਹੜਾ ਉਹਨਾਂ ਦਾ ਆਪਣਾ ਕੈਮੀਕਲ ਤਾਂ ਖਾਮ ਗਿਆ ਕਹੀਆਂ ਕਿ ਅੱਖਾਂ ਕੀ ਰੋਸ਼ਨੀ ਚਲੇਗੀ ਉਹ ਨਮਕ ਸੇ ਉਹ ਪਾਣੀ ਸੇ ਹਾਂਜੀ ਹੁਣ ਕਈ ਗੋਲੇ ਐਂ ਤੇ ਜਿਹੜੇ ਨਹੀਂ ਫੁੱਟੇ ਮਤਲਬ ਆਪਣਾ ਧੂਆਂ ਨਹੀਂ ਕੱਢਿਆ ਉਹਨਾਂ ਨੇ ਉਹ ਉਹ ਐਕਸਪਲੋਡ ਹੋ ਗਏ ਉਹ ਕਿ ਜਿਹੜੇ ਆਪਣੇ ਪਲਾਸਟਿਕੇ ਤੇ ਉਹ ਖਾਮ ਬੱਜੇ ਕਿ ਸੀਗੇ ਕਿਥੀ ਬੱਜੇ ਉਹ ਘਾਇਲ ਹੋ ਗਏ ਬੰਦੇ ਮਤਲਬ ਬਹੁਤ ਉਹ ਆ ਜੀ तो अब अब क्या कारण है क्योंकि अब चुनाव भी ऊपर है तो आपको ही पता है कि इस समय कोड ऑफ कंडक्ट लगा हुआ है फिर भी किसान धरने धरने में बैठे हैं उसको आप किस दृष्टि से देखते हो धरने वृद्धा जी आए हैं भी जे मंगा मोदी साहब मान लोगे तो ठीक है नहीं तो फिर बैठे तो बैठे ही है जी ਹਾਂ ਇੱਕ ਸਾਈਡ ਤਾਂ ਹੋਊਗੀ ਉਹ ਗੱਲ ਹੁਣ ਯਾਰ ਪਿਆਰ ਯਾਰੇ ਆ ਪਾਰੇ ਜੀ ਬਸ ਹੁਣ ਤਾਂ ਕੋਈ ਉਹ ਨਹੀਂ ਹੈਗਾ ਮਤਲਬ ਜਾ ਰਹੇ ਹਾਂ ਹਾਂ ਹੌਲੇ ਕੋਈ ਰੋਕ ਟੋਕ ਇਹਨਾਂ ਨੇ ਗਿਰਫਤਾਰ ਕਰੇ ਵੇ ਜੀ ਹਰਿਆਣਾ ਸਰਕਾਰ ਨੇ ਜੀ ਨਵਦੀਪ ਜਲਵੇੜਾ ਜੀ ਦੋ ਮੁੰਡੇ ਹੋ ਰਹੇ ਇਹਨਾਂ ਨਾਲ ਉਹਨਾਂ ਨੂੰ ਧੱਕੇਸ਼ਾਹੀ ਕਰਿਆ ਉਹਨਾਂ ਨੂੰ ਛੱਡਣਾ ਚਾਹੀਦਾ ਜੀ ਠੀਕ ਹੈ ਜੀ ਹਾਂ ਜੀ ਇਹ ਧੱਕੇਸ਼ਾਹੀ ਸਰਕਾਰ ਕਰ ਰਹੀ ਹੈ ਜੀ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਛੋੜ ਦੇਣਾ ਚਾਹੀਦਾ ਜੀ ਹੁਣ ਸਾਡਾ 10ਵਾਂ ਦਿਨ ਹੋ ਗਿਆ ਅੰਦੋਲਨ ਰੇਲਵੇ ਰੇਲ ਰੋਕ ਅੰਦੋਲਨ ਚੱਲ ਰਿਹਾ ਜੀ ਸ਼ੰਭੂ ਬਾਰਡਰ ਦੇ ਉੱਥੇ ਪੱਕੇ ਰੇ ਰੋਕ ਰੇ ਰੋਕੰਦੋ ਨਾ ਚੱਲ ਰਹੀ 10 ਦਿਨ ਹੋ ਗਏ ਅੱਜ ਠੀਕ ਹੈ ਜੀ ਉਹਨਾਂ ਤਿੰਨਾਂ ਛੱਡਣਾ ਚਾਹੀਦਾ ਜੀ ਅੱਛਾ ਜੋ ਆਪ ਆਪ ਇਹ ਪਤਾਈਏ ਕਿ ਆਪਕੋ ਕੌਨਸੀ ਫਸਲਾਂ 'ਤੇ ਐਮਐਸਪੀ ਚਾਹੀਏ ਆਪਕੋ ਨੌਲੇਜ ਦੇ ਬਾਰੇ ਵਿੱਚ ਐਮਐਸਪੀ ਦਾ ਜੀ ਦੇਖੋ ਕਣਕ ਜੀਰੀਪੁਰ ਤਾਂ ਮਿਲ ਰਹੀ ਆ ਅੱਛਾ ਜੀ ਪਹਿਲਾਂ ਮਿਲ ਰਹੀ ਆ ਪਰ ਮੇਨ ਦਿੱਕਤ ਹੈ ਜਿਹੜੀ ਆਪਣੀ ਫਸਲਾਂ ਨਾਲ ਇਹ ਸਬਜੀ ਹੋ ਗਈ ਸੰਫਲਾਵਰ ਹੋ ਗਿਆ ਇਹਨਾਂ 'ਤੇ ਐਮਐਸਪੀ ਨਹੀਂ ਮਿਲਦੀ ਅੱਛਾ ਮੋਦੀ ਜੀ ਨੇ ਇੱਕ ਬਾਤ ਕਹੀ ਹੈ ਕਿ ਆਪਕੋ ਸਭ ਕਿਸਾਨੋ ਕੋ 6-6000 ਰੁਪਏ 2-2000 ਰੁਪਏ ਆਪਕੇ ਖਾਤੋਂ 'ਚ ਆਏ ਉਹ ਆਏ ਹੈ ਇਹ

ਅੱਛਾ ਉਧਰ ਦੇ ਰਹੇ ਆ ਅੱਛਾ 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 ਹਾਂ ਇਧਰ ਸਰਕਾਰਾਂ ਦੀ ਉਮੀਦ ਆ ਉਹਨਾਂ ਨੂੰ ਇਧਰ ਸਰਕਾਰ ਬਣੂਗੀ ਉਧਰ ਹੀ ਜਿਆਦਾ ਜ਼ੋਰ ਲਾਇਆ ਭਾਈ ਨੂੰ ਸਰਕਾਰਾਂ ਨੇ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਬੈਠੇ ਨੇ ਸ਼ੰਭੂ ਧਰਨੇ ਤੇ ਉਹਨਾਂ ਦੀ ਫਸਲ ਵੀ ਅਸੀਂ ਸੰਭਾਲ ਰਹੇ ਨਾਲ ਰਲ ਮਿਲ ਕੇ ਐਸੀ ਕੋਈ ਗੱਲ ਨਹੀਂ ਫਸਲਾਂ ਸਾਡੇ ਚੱਲਦੀ ਰਹੇ ਅੱਛਾ ਇੱਕ ਚੀਜ਼ ਬਤਾਣਾ ਮੈਨੂੰ ਆਪ ਸਭ ਇਹਦਾ ਕੈਮਰਾ ਕਰਨਾ ਜਰਾ ਮੈਨੂੰ ਇੱਕ ਚੀਜ਼ ਬਤਾਣਾ ਜੋ ਇਹ ਅੰਦੋਲਨ ਹੋਇਆ ਹੈ ਉਸਮੇ ਆਪਕੋ ਇਹ ਲੱਗਤਾ ਨਹੀਂ ਕਿ ਹਰਿਆਣਾ ਔਰ ਪੰਜਾਬ ਕਾ ਭਾਈਚਾਰਾ ਫਿਰ ਇੱਕ ਤਰ੍ਹਾਂ ਸੇ ਕਾਇਮ ਹੋ ਗਿਆ भी जैसे बड़े भाई के साथ छोटा भाई खड़ गया हो ये तो आंदोलन से की हरियाणा और पंजाब में भाईचारा बढ़ा और बड़े भाई का भाई से प्यार बढ़ा और ये दुनिया ने देख लिया कि जब बड़े भाई पे कोई संकट आता छोटा भाई जूर पहुंचता पहुंचता है हाँ जी तो ये हम आज बात की थी हमने अर्थ प्रकाश के चुनावी चौपाल में अच्छा ये इतना चुनावों पर असर पड़ेगा किसान क्या चाहता ਨਾ ਨਾ ਕਿਹਾ ਜਾਂਦਾ ਹੈ ਕਿ ਪਰਵਰਤਨ ਚਾਹਤਾ ਹੈ ਕਿ ਪਰਵਰਤਨ ਪਰਵਰਤਨੇ ਚ ਆ ਰਿਹਾ ਜੀ ਹੁਣ ਕਿਹਾ ਕਿ ਸਰਕਾਰ ਸੇ ਕਿਸੇ ਬਾਤ ਸੇ ਆਪਕੋ ਆਸ਼ਵਾਸ਼ਣ ਜਾਂ ਉਮੀਦ ਮਿਲੀ ਹੈ ਕਿ ਇਹ ਬਤਾਈਏ ਜੀ ਆਪਕੋ ਕਾਂਗਰਸ ਕੰਨੀ ਤੇ ਆ ਰਹੀ ਹੈ ਜੀ ਮਾੜੀ ਮੋਟੀ ਜਿਹੜਾ ਰਾਹੁਲ ਗਾਂਧੀ ਜੀ ਕਰ ਰਹੇ ਆ ਵੀ ਕਿਸਾਨਾਂ ਨੂੰ ਕਰੋਂਗੇ ਉਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਆਇਆ ਵੀ ਐਮਐਸਪੀ ਸਭ ਤੋਂ ਪਹਿਲਾਂ ਲਾਗੂ ਕਰੂਗੀ ਕਾਂਗਰਸ ਅੱਛਾ ਉਧਰ ਮਾੜੀ ਜੀ ਲੱਗ ਰਹੀ ਹੈ ਵੀ ਸ਼ਾਇਦ ਅੱਛਾ ਔਰ ਜਗ੍ਹਾ ਸੇ ਕੋਈ ਆਹੋ कोई नहीं है, किसान ये नहीं कि अपना चाहता, कि कहता है की हमें हमें काम चाहिए हमें श्वासन नहीं चाहिए जोसी मर्जी पार्टी थे लेकिन सबसे बड़ी बात है की इतने बड़े आंदोलन के बाद कोई पार्टी को बंद आपके वहाँ मिलने आया था वहाँ पर शंबू बैरियर कहीं और जगह पर जी कोई पार्टी का और कोई कोई भी, को, भी राजनेता मिलने ने नहीं आंदोलन उन्होंने राज गैर राजनीतिक आंदोलन उठे जी अच्छा। इसमें कोई राजनीति वाला बंदा नहीं आएगा ना यानी ये आंदोलन पूर्ण रूप से किसानों का आंदोलन है किसानों ने अपनी व्यथा पूरी बताई है यहाँ पर एक एक चीज पर हम हम यहाँ पर चुनावी चुपाल में अंबाला लोकसभा क्षेत्र की बात करने भी आए थे और किसानों की बातें भी की इन्होंने ये आज भी किसान ये कह रहे हैं कि हमारा किसी सरकार से कोई द्वेष नहीं है हमारी मांगे हैं हमारी मांगे पूरी कर दी जाए और हम अपने घरों पे चले जाएंगे तो मैं डॉक्टर स्वास्तिक शर्मा अपने कैमरामैन राकेश जी के साथ